ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਆ ਭਾਜਪਾ ਵਿਧਾਇਕ ਨੇ ਕਿਸਾਨ ਅੰਦੋਲਨ ਨੂੰ ਦੱਸਿਆ ਬर्ड ਫਲੂ ਫੈਲਣ ਦਾ ਕਾਰਨ ਲਾਏ ਵੱਡੇ ਇਲਜ਼ਾਮ ਤੁਹਾਡੇ ਨਾਲ ਪੂਰੀ ਖਬਰ ਸਾਂਝੀ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤਾਂ ਜੋ ਤੁਹਾਨੂੰ ਬੀਜੇਪੀ ਦੇ ਵੱਡੇ ਨੇਤਾ ਦਾ ਬਿਆਨ ਪਤਾ ਲੱਗ ਜਾਏ ਜਿਸ ਨੇ ਕਿਸਾਨਾਂ ਦੇ ਉੱਪਰ ਬਹੁਤ ਵੱਡੇ ਵੱਡੇ ਜਿਹੜੇ ਦੋਸ਼ ਲਾਏ ਨੇ ਸੋ ਵਿਵਾਦਪੂਰਨ ਬਿਆਨ ਦਿੱਤਾ ਪਰ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਜਿਹੜੇ ਸਿਆਸੀ ਲੀਡਰ ਨੇ ਉਹ ਖੇਤੀ ਅੰਦੋਲਨ ਨੂੰ ਕਿਸਾਨਾਂ ਦੇ ਸੰਘਰਸ਼ ਨੂੰ ਅਖੌਤੀ ਅੰਦੋਲਨ ਅਖੌਤੀ ਸੰਘਰਸ਼ ਦੱਸਦੇ ਹੋਏ ਬਹੁਤ ਸਾਰੀਆਂ ਵਿਵਾਦਪੂਰਨ ਗੱਲਾਂ ਕਹਿੰਦੇ ਹਨ ਇਸੇ ਦੇ ਵਿੱਚ ਰਾਜਸਥਾਨ ਤੋਂ ਬੀਜੇਪੀ ਦੇ ਸੂਬਾ ਜਨਰਲ ਸਕੱਤਰ ਰਾਮਗੰਝ ਮੰਡੀ ਤੋਂ ਵਿਧਾਇਕ ਮਦਨ ਦਿਲਾਵਰ ਨੇ ਇੱਕ ਅਜੀਹਾ ਵਿਵਾਦਪੂਰਨ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਇਸ ਖੇਤੀ ਅੰਦੋਲਨ ਨੂੰ ਬਰਡ ਫਲੂ ਦੇ ਨਾਲ ਜੋੜ ਦਿੱਤਾ ਹੈ ਤੇ ਇਸ ਧਰਨੇ ਦੇ ਉੱਪਰ ਬੈਠੇ ਹੋਏ ਕਿਸਾਨਾਂ ਦੇ ਉੱਪਰ ਦੋਸ਼ ਲਾਉਂਦੇ ਹੋਏ ਆਖਿਆ ਕਿ ਇਹ ਲੋਕ ਰੋਜ਼ਾਨਾ ਕਈ ਤਰ੍ਹਾਂ ਦੇ ਚਿਕਨ ਬਰੀਆਨੀ ਅਤੇ ਹੋਰ ਸੁਆਦੀ ਖਾਣੇ ਦੀਆਂ ਪਾਰਟੀਆਂ ਕਰ ਰਹੇ ਹਨ ਇਸ ਕਾਰਨ ਹੀ ਬਰਡ ਫਲੂ ਦੀ ਖਤਰਨਾਕ ਬਿਮਾਰੀ ਲਗਾਤਾਰ ਵਧ ਰਹੀ ਹੈ ਸੋ ਦੋਸਤੋ ਤੁਸੀਂ ਵਿਧਾਇਕ ਮਦਨ ਦਿਲਾਵਰ ਦੀ ਫੋਟੋ ਆਪਣੇ ਫੋਨ ਦੀ ਡਿਸਪਲੇ ਦੇ ਉੱਪਰ ਦੇਖ ਸਕਦੇ ਹੋ ਸੋ ਦੋ ਸ਼ਬਦ ਇਹਨਾਂ ਦੇ ਵਾਸਤੇ ਤੁਸੀਂ ਜ਼ਰੂਰ ਲਿਖੋ ਜਿਹੜਾ ਇਹਨਾਂ ਨੇ ਵਿਵਾਦਪੂਰਨ ਬਿਆਨ ਦਿੱਤਾ ਹੈ ਜਿਹੜਾ ਇਹਨਾਂ ਨੇ ਕਿਹਾ ਹੈ ਜੀ ਕਿ ਕਿਸਾਨ ਧਰਨੇ ਦੇ ਉੱਪਰ ਬੈਠੇ ਚਿਕਨ ਬਰਯਾਨੀ ਖਾ ਰਹੇ ਨੇ ਤੇ ਹੋਰ ਕਈ ਤਰ੍ਹਾਂ ਦੇ ਚਿਕਨ ਤੇ ਸਵਾਦਲੇ ਪਦਾਰਥ ਜਿਹੜੇ ਉੱਥੇ ਬੈਠੇ ਖਾ ਰਹੇ ਹਨ ਵਿਧਾਇਕ ਮਦਨ ਦਿਲਾਵਰ ਨੇ ਇਹ ਵੀ ਦੋਸ਼ ਲਾਇਆ ਕਿ ਇਸ ਬਿਮਾਰੀ ਦੇ ਜ਼ਿਆਦਾ ਹੋ ਰਏ ਫਲਾ ਦੇ ਕਾਰਨ ਇਹ ਕਿਸਾਨ ਅੰਦੋਲਨ ਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਸੜਕਾਂ ਦੇ ਉੱਪਰ ਭਾਰੀ ਤਾਦਾਦ ਦੇ ਵਿੱਚ ਬੈਠੇ ਹੋਏ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਹੁਣ ਉਠਾ ਦੇਣਾ ਚਾਹੀਦਾ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਦੇਸ਼ ਦੇ ਵਿੱਚ ਬर्ड ਫਲੂ ਦੀ ਬਿਮਾਰੀ ਭਿਆਨਕ ਤਰੀਕੇ ਦੇ ਨਾਲ ਫੈਲ ਜਾਵੇਗੀ ਜਿਸ ਦਾ ਕਾਰਨ ਇਹ ਲੋਕ ਹੋਣਗੇ ਵਿਧਾਇਕ ਮਦਨ ਦਿਲਾਵਰ ਦੇ ਵੱਲੋਂ ਦਿੱਤਾ ਗਿਆ ਇਹ ਵਿਵਾਦਪੂਰਨ ਬਿਆਨ ਬਹੁਤ ਹੀ ਜ਼ਿਆਦਾ ਵਾਈਰਲ ਹੋ ਰਿਹਾ ਹੈ ਜੀ ਬੜੀ ਤੇਜ਼ੀ ਦੇ ਨਾਲ ਅੱਗ ਦੀ ਸਪੀਡ ਦੇਵਾਂਗੇ ਇਹ ਵਾਇਰਲ ਹੋ ਰਿਹਾ ਜਿਸ ਦੀ ਨਖੇਦੀ ਸਾਰਿਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਜੀ ਆਲ ਇੰਡੀਆ ਕਿਸਾਨ ਮਹਾਸਭਾ ਦੇ ਸੂਬਾ ਮੀਤ ਪ੍ਰਧਾਨ ਦਲੀ ਚੰਦ ਬਰੋਦਾ ਦੇ ਸਮੇਤ ਸਮੂਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਸ ਦੇ ਆਗੂਆਂ ਦੇ ਵੱਲੋਂ ਇਸ ਦੀ ਜਿਹੜੀ ਨਖੇਦੀ ਕੀਤੀ ਜਾ ਰਹੀ ਹੈ ਜੀ ਦਲੀ ਚੰਦ ਬਰੋਦਾ ਨੇ ਆਖਿਆ ਕਿ ਭਾਜਪਾ ਪਾਰਟੀ ਇਸ ਸਮੇਂ ਆਪਣਾ ਆਧਾਰ ਗਵਾ ਚੁੱਕੀ ਆ ਉਹਨਾਂ ਦੇ ਵਿਧਾਇਕ ਇੰਨਾ ਮਾਲੀਆਂ ਹਰਕਤਾਂ ਦੇ ਜ਼ਰੀਏ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਆਪਣੇ ਮਨਸੂਬਿਆਂ ਦੇ ਵਿੱਚ ਸਾਰੀ ਜ਼ਿੰਦਗੀ ਹੀ ਕਾਮਯਾਬ ਨਹੀਂ ਹੋ ਸਕਦੇ ਸੋ ਦੋਸਤੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਸਾਰੇ ਲੋਕਾਂ ਨੂੰ ਪਤਾ ਲੱਗ ਸਕੇ ਭਾਜਪਾ ਦੀ ਕੀ ਸੋਚ ਹੈ ਕਿਸਾਨਾਂ ਦੇ ਅੰਦੋਲਨ ਪ੍ਰਤੀ ਧੰਨਵਾਦ